thank you ਬਹੁਤ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਹਾਂਜੀ ਕਿਵੇਂ ਹੋ ਤੁਸੀਂ ਸਾਰੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਹਾਜ਼ਰਾਂ ਜੀ ਈਟੀਟੀ 94 ਸੰਬੰਧੀ ਹੋਰ ਨਵੀਂ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਕੁਝ ਆਪਾਂ ਇੰਪੋਰਟੈਂਟ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਨ ਵਾਲੀਆਂ ਜਿਵੇਂ ਪਤਾ ਹੈ ਕਿ ਪੰਜਾਬ ਕੈਬਨਿਟ ਵੱਲੋਂ ਕੁਝ ਨਵੇਂ ਰੂਲ ਜਿਹੜੇ ਨੇ ਉਹ ਲਾਗੂ ਕੀਤੇ ਗਏ ਨੇ ਠੀਕ ਹੈ ਜਿਸ ਦੇ ਵਿੱਚ ਕੀ ਦੇਖੋ ਜਿਹੜੀਆਂ ਆਪਦੇ ਵਿੱਚ ਸਰਕਾਰੀ ਨੌਕਰੀਆਂ ਦੇ ਐਗਜ਼ਾਮ ਹੁੰਦੇ ਨੇ ਕੰਪੀਟੀਟਿਵ ਐਗਜ਼ਾਮ ਹੁੰਦੇ ਨੇ ਉਹਨਾਂ ਦੇ ਰਿਲੇਟਿਡ ਇੱਕ ਬਹੁਤ ਵੱਡੀ ਅਪਡੇਟ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਤੁਹਾਨੂੰ ਪਤਾ ਹੈ ਸਵਾਰ ਜਿਹੜਾ ਹੋਏਗਾ ਉਹ ਹੋਏਗਾ ਜੀ 200 ਨੰਬਰਾਂ ਦਾ ਠੀਕ ਹੈ ਕਿ ਬਣ ਰਹੀ ਹੈ ਕਿ 88994 ਦੇ ਲਈ ਦੋ ਪੇਪਰ ਹੋਣਗੇ ਠੀਕ ਹੈ ਕਿਸ ਬਿਹਫ ਤੇ ਹੋਣਗੇ ਉਹ ਅਗਗੇ ਡਿਸਕਸ ਕਰਦੇ ਆਂ ਏ ਦੇਖ ਸਕਦੇ ਹੋ ਜੀ ਜਿਹੜੇ ਪੰਜਾਬ ਸਰਕਾਰ ਵੱਲੋਂ ਐਮ ਫੈਸਲੇ ਲਏ ਗਏ ਨੇ ਤਾਂ ਇਸ ਦੇ ਵਿੱਚ ਤੁਸੀਂ ਜੇਕਰ ਧਿਆਨ ਨਾਲ ਦੇਖੋ ਤਾਂ ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਸਰਕਾਰੀ ਨੌਕਰੀਆਂ ਵਿੱਚ ਪੰਜਾਬੀ ਭਾਸ਼ਾ ਦਾ ਟੈਸਟ ਪਾਸ ਕਰਨਾ ਲਾਜ਼ਮੀ ਹੈ ਠੀਕ ਹੈ ਜਿਵੇਂ ਕਿ ਪਹਿਲਾਂ ਵੀ ਤੁਹਾਨੂੰ ਨਿਊਜ਼ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਕਿ ਸਾਰੀਆਂ ਸਰਕਾਰੀ ਨੌਕਰੀਆਂ ਦੇ ਲਈ ਇੱਕ ਪੰਜਾਬੀ ਭਾਸ਼ਾ ਦਾ ਟੈਸਟ ਜਿਹੜਾ ਹੈ ਉਹ ਕੰਪਲਸਰੀ ਕੀਤਾ ਜਾਏਗਾ ਤਾਂ ਇਹ ਹੁਣ ਲਾਗੂ ਕੀਤਾ ਗਿਆ ਹੈ ਠੀਕ ਹੈ ਇਸੇ ਦੇ ਰਿਲੇਟਿਡ ਦੇਖੋ ਪੰਜਾਬੀ ਦੇ ਟੈਸਟ 'ਚ ਉਹ 50% ਦੀ ਨੰਬਰ ਲੈਣੇ ਜਿਹੜੇ ਨੇ ਲਾਜ਼ਮੀ ਨੇ ਕੰਪਲਸਰੀ ਨੇ ਤਾਂ ਹੁਣ ਦੇਖੋ ਜਿਵੇਂ ਤੁਹਾਨੂੰ ਪਤਾ ਹੈ ਕਿ 200 ਨੰਬਰ ਦਾ ਪੇਪਰ ਜ ਪੂਰੀ ਪੂਰੀ ਪੋਸੀਬਿਲਟੀ ਇਹੀ ਹੈ ਕਿ ਇਸ ਦੇ ਵਿੱਚ ਪਹਿਲਾਂ 100 ਨੰਬਰ ਦਾ ਜਿਹੜਾ ਪੰਜਾਬੀ ਦਾ ਪੇਪਰ ਕੰਡਕਟ ਕਰਾਇਆ ਜਾਏਗਾ ਜਿਸ ਦੇ ਵਿੱਚੋਂ ਕਿ 50% ਦੀ ਨੰਬਰ ਲੈਣੇ ਜਿਹੜੇ ਨੇ ਉਹ ਕੰਪਲਸਰੀ ਹੋਣਗੇ ਉਸ ਤੋਂ ਬਾਅਦ ਜਿਹੜਾ ਬਚੇ 100 ਨੰਬਰ ਨੇ ਠੀਕ ਹੈ ਉਸ ਦੀ ਪੋਸੀਬਿਲਟੀ ਇਹ ਬਣਦੀ ਹੈ ਕਿ ਜੋ ਸਿਲੇਬਸ ਪੁਰਾਣਾ ਹੈ ਉਸ ਦੇ ਅਕੋਰਡਿੰਗ ਇਹੋ ਜਿਹੜਾ ਸੈਕੰਡ ਪੇਪਰ ਹੈ ਉਹ ਕੰਡਕਟ ਕਰਾਇਆ ਜਾਏਗਾ ਠੀਕ ਹੈ ਇਹ ਸਿਰਫਰ ਸਿਰਫ ਇੱਕ ਪੋਸੀਬਿਲਟੀ ਹੈ ਜਦੋਂ ਤੱਕ ਆਪਾਂ ਆਪਣੇ ਕੋਲ ਅਫੀਸ਼ੀਅਲ ਸਿਲੇਬਸ ਜਿਹੜਾ ਆਊਟ ਨਹੀਂ ਹੋ ਜਾਂਦਾ ਈਟੀਟੀ 993 ਦਾ ਉਦੋਂ ਤੱਕ ਆਪਾਂ ਕੁਝ ਵੀ ਕਲੈਰੀਫਿਕੇਸ਼ਨ ਦੇ ਨਾਲ ਨਹੀਂ ਕਹਿ ਸਕਦੇ ਠੀਕ ਹੈ ਫਿਲਹਾਲ ਜੋ ਰੂਲਸ ਜਿਹੜੇ ਨੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਨੇ ਉਸ ਬਿਹਾਫ ਤੇ ਆਪਾਂ ਕਹਿ ਸਕਦੇ ਹਾਂ ਕਿ ਹਾਂ ਪੰਜਾਬੀ ਭਾਸ਼ਾ ਦਾ ਟੈਸਟ ਜਿਹੜਾ ਹੈ ਉਹ ਹੋ ਸਕਦਾ ਈਟੀਟੀ 993 ਦੇ ਵਿੱਚ ਵੀ ਕਿਉਂਕਿ ਉਸ ਦੇ ਵਿੱਚ ਦੇਖੋ 100 ਮਾਰਕਸ ਜਿਹੜੇ ਨੇ ਵਧਾਏ ਗਏ ਨੇ that means ਕਿ ਉਸ ਦੇ ਵਿੱਚ ਦੋ ਦੋ ਪੇਪਰ ਜਿਹੜੇ ਨੇ ਉਹ ਹੋ ਸਕਦੇ ਨੇ ਠੀਕ ਹੈ ਬਾਕੀ ਪੂਰਾ ਜਿਹੜਾ ਇੱਕ ਕਲੀਅਰ ਘਟ ਆਪਾਂ ਕਹਿ ਸਕਦੇ ਹਾਂ ਬਿਲਕੁਲ ਕਲੈਰੀਫਾਈ ਜਿਹੜਾ ਹੋਏਗਾ ਉਹ ਸਿਲੇਬਸ ਆਊਟ ਹੋਣ ਤੋਂ ਬਾਅਦ ਹੀ ਹੋਏਗਾ ਇਸ ਵੀਕ ਦੇ ਐਂਡ ਤੱਕ ਪੂਰੀ ਪੋਸੀਬਿਲਟੀ ਹੈ ਕਿ ਜਿਹੜਾ ਡਿਪਾਰਟਮੈਂਟ ਵੱਲੋਂ ਸਿਲੇਬਸ ਜਿਹੜਾ ਆਊਟ ਕਰ ਦਿੱਤਾ ਜਾਵੇ ਈਟੀਟੀ 993 ਦਾ ਜਿਸ ਜਿਹੜੀ ਪੈਨਸ਼ਨ ਸਕੀਮ ਹੈ ਤੁਹਾਨੂੰ ਪਤਾ ਹੈ ਕਿ ਜਿਸ ਦੇ ਪਿੱਛੇ ਬਹੁਤ ਜ਼ਿਆਦਾ ਧਰਨਾ ਪ੍ਰਦਰਸ਼ਨ ਵੀ ਹੈ ਉਹ ਵੀ ਜਿਹੜੀ ਹੈ ਉਹ ਦੁਬਾਰਾ ਤੋਂ ਲਾਗੂ ਕੀਤੀ ਜਾ ਰਹੀ ਹੈ ਅਤੇ ਸਰਕਾਰੀ ਮੁਲਾਜ਼ਮਾਂ ਦੇ ਡੀਏ ਦੇ ਵਿੱਚ 6% ਤੱਕ ਦਾ ਜਿਹੜਾ ਵਾਅਦਾ ਹੈ ਉਹ ਕੀਤਾ ਜਾ ਰਿਹਾ ਹੈ ਠੀਕ ਹੈ ਤਾਂ ਇਹ ਕੁਝ ਇੰਪੋਰਟੈਂਟ ਜਿਹੜੇ ਨੇ ਆਪਣੇ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਤਰਜੀਹ ਦੇਣ ਦੇ ਲਈ ਭਰਤੀ ਦੇ ਨਿਯਮਾਂ 'ਚ ਬਦਲਾਅ ਨੂੰ ਮਨਜ਼ੂਰੀ ਹੋਏਗੀ ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹੋਣ ਵਾਲੇ ਸਰਕਾਰੀ ਪੇਪਰਾਂ ਦੇ ਵਿੱਚ ਜਿਹੜੇ ਅਦਰ ਸਟੇਟ ਵਾਲੇ ਨੇ ਉਹ ਵੀ ਅਪਲਾਈ ਕਰਦੇ ਨੇ ਠੀਕ ਹੈ ਲੇਕਿਨ ਹੁਣ ਜਿਹੜਾ ਇਸ ਦੇ ਭਰਤੀ ਦੇ ਨਿਯਮ ਨੇ ਉਹਨਾਂ ਦੇ ਵਿੱਚ ਬਦਲਾਅ ਕੀਤਾ ਜਾ ਰਿਹਾ ਉਸ ਦੇ ਵਿੱਚ ਜਿਹੜੀਆਂ ਮਨਜ਼ੂਰੀ ਦਿੱਤੀ ਗਈ ਆ ਉਹ ਜਿਹੜੇ ਨੇ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇੱਕ ਦੇ ਬਿਹਾਫ ਤੇ ਕੀਤਾ ਜਾ ਰਿਹਾ ਹੈ ਉਹ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਜਿਹੜਾ ਇਹ ਦੇਖਣ ਨੂੰ ਮਿਲੇਗਾ ਕਲੀਅਰ ਜੀ ਦੇਖਦੇ ਆਂ ਜੇਕਰ ਪੀਟੀਟੀਓ ਨਾ ਆ ਚਾਣ ਮੇ ਦੇ ਨੋਟਿਸ ਨੂੰ ਦੇਖਦੇ ਆ ਤਾਂ ਇਸ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਹਨਾਂ ਅਸਾਮੀਆਂ ਦੇ ਭਰਤੀਕਰਨ ਸੰਬੰਧੀ ਸਟੇਟ ਪੱਧਰ ਤੇ ਇੱਕ 200 ਅੰਕਾਂ ਦਾ ਲਿਖਤੀ ਟੈਸਟ ਜਾਂ ਮਲਟੀਪਲ ਚੁਆਇਸ ਟਾਈਪ ਜਿਹੜਾ ਪੇਪਰ ਹੈ ਉਹ ਲਿਆ ਜਾਏਗਾ ਠੀਕ ਹੈ ਇਸ ਦੇ ਵਿੱਚ ਦੇਖੋ ਕੋਈ ਵੀ ਕਲੈਰੀਫਿਕੇਸ਼ਨ ਦੇ ਨਾਲ ਨਹੀਂ ਲਿਖਿਆ ਗਿਆ ਕਿ ਦੋ ਪੇਪਰ ਹੋਣਗੇ ਜਾਂ ਇੱਕ ਪੇਪਰ ਹੋਏਗਾ ਲੇਕਿਨ ਜੋ ਆਪਾਂ ਨੂੰ ਪੰਜਾਬ ਸਰਕਾਰ ਦੇ ਰੂਲਸ ਨੂੰ ਜਿਹੜਾ ਆਪਾਂ ਦੇਖ ਰਹੇ ਹਾਂ ਉਸ ਬਿਹਾਫ ਤੇ ਆਪਾਂ ਸਿਰਫ ਇੱਕ ਸਿਰਫ ਸਿਰਫਰ ਸਿਰਫ ਇੱਕ ਪੋਸਿਬਿਲਟੀ ਲਗਾ ਸਕਦੇ ਹਾਂ ਕਿ ਹਾਂ ਸ਼ਾਇਦ ਪੰਜਾਬੀ ਦਾ ਪੇਪਰ ਜਿਹੜਾ ਅਲੱਗ ਤੋਂ ਕੰਡਕਟ ਤਾਂ ਪੂਰੀ ਪੂਰੀ ਪੋਸੀਬਿਲਿਟੀ ਇਹ ਵੀ ਬਣਦੀ ਹੈ ਕਿ ਜਿਹੜਾ 200 ਨੰਬਰਾਂ ਦਾ ਪੇਪਰ ਹੈ ETT 994 ਦਾ ਉਹ ਇੱਕ ਦੋ ਸਬਜੈਕਟ ਹੋਰ ਐਡ ਕਰ ਦਿੱਤਾ ਜਾਵੇ ਜੇਕਰ ਪੰਜਾਬੀ ਜੇਕਰ ਆਪਣੇ ਕੋਲ ਦੋ ਪੇਪਰ ਨਹੀਂ ਹੁੰਦੇ ਠੀਕ ਹੈ ਜੇਕਰ ਦੋ ਪੇਪਰ ਨਹੀਂ ਹੁੰਦੇ ਤਾਂ ਸੰਭਾਵਨਾ ਇਹ ਵੀ ਬਣਦੀ ਹੈ ਕਿ 200 ਨੰਬਰਾਂ ਦਾ ਪੇਪਰ ਕਰਨ ਦੇ ਲਈ ਇੱਕ ਦੋ ਸਬਜੈਕਟ ਐਡ ਵੀ ਕੀਤਾ ਜਾ ਸਕਦਾ ਹੈ ਮਾਰਕਸ ਵੀ ਵਧਾਏ ਜਾ ਸਕਦੇ ਨੇ ਸਬਜੈਕਟ ਵਾਈਜ਼ ਠੀਕ ਹੈ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਿਲੇਬਸ ਦੇ ਆਊਟ ਹੋਣ ਤੋਂ ਬਾਅਦ ਹੀ ਜਿਹੜਾ ਇਹ ਕਲੀਅਰ ਹੋਏਗਾ ਨੂੰ ਕੀ ਲੱਗਦਾ ਹੈ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸਾਂਝਾ ਕਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਬਹੁਤ ਸਾਰੇ ਕੈਂਡੀਡੇਟਸ ਪੁੱਛ ਰਹੇ ਹਨ ਕਿ ਪੇਪਰ ਕਦੋਂ ਤੱਕ ਹੋ ਸਕਦਾ ਹੈ ਦੇਖੋ ਹਜੇ ਤਾਂ ਸਿਲੇਬਸ ਹੀ ਆਊਟ ਨਹੀਂ ਹੋਇਆ ਹਜੇ ਔਨਲਾਈਨ ਪ੍ਰੋਸੈਸ ਦਾ ਕੰਮ ਚੱਲ ਰਿਹਾ ਹੈ ਹਨਾ ਨੰਬਰ ਤੋਂ ਬਾਅਦ ਫਰਵਰੀ ਮਾਰਚ ਦੇ ਵਿੱਚ ਜਿਹੜਾ ਇਹ ਪੇਪਰ ਕੰਡਕਟ ਪੂਰੀ ਸੰਭਾਵਨਾ ਹੈ ਕਿ ਕਰਾ ਲਿਆ ਜਾਵੇਗਾ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਿੱਖਿਆ ਮੰਤਰੀ ਦਾ ਵੀ ਬਿਆਨ ਇਹੀ ਆਇਆ ਸੀ ਕਿ ਜਿਹੜਾ ਅਸੀਂ ਨੋਟੀਫਿਕੇਸ਼ਨ ਤਿਆਰ ਕੀਤਾ ਹੈ ਉਹ ਇਸ ਵੀ ਸਥਿਤੀ ਤਿਆਰ ਕੀਤਾ ਗਿਆ ਹੈ ਕਿ ਤਾਂ ਕਿ ਕੱਲ ਨੂੰ ਕੋਈ ਕੇਸ ਜਿਹੜਾ ਹੈ ਕਿਸੇ ਪਾ ਨੂੰ ਜਿਹੜਾ ਦੇਖਣ ਨੂੰ ਜ਼ਰੂਰ ਮਿਲਣਗੇ ਇਸ ਦੇ ਨਾਲ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਤੋਂ ਸਬਸਕ੍ਰਾਈਬ ਕਰੋ ਜੇ ਤਿਆਰੀ ਦੀ ਗੱਲ ਕਰੀਏ ਤਾਂ ਪੰਜਾਬੀ ਜਿਹੜੀ ਆ ਆਲਮੋਸਟ ਆਪਣੀ ਜਿਹੜੀ ਕਵਰ ਹੋ ਚੁੱਕੀ ਹੈ 82 994 ਦੇ ਲਈ ਠੀਕ ਹੈ ਜਿਹੜਾ ਸੈਕੰਡ ਪੇਪਰ ਹੁੰਦਾ ਉਸ ਦੀ ਬਿਹਾਫ ਤੇ ਜਿਹੜੀ ਪੰਜਾਬੀ ਆਉਂਦੀ ਹੈ 15 ਨੰਬਰ ਦੀ ਉਹ ਜਿਹੜੀ ਆ ਪੂਰੀ ਵੀਡੀਓਜ਼ ਦੇ ਥਰੂ ਥਿਉਰੀ ਪਲੱਸ ਐਮਸੀਕਿਊ ਜਿਹੜਾ ਨੇ ਕਵਰ ਕਰਾਏ ਗਏ ਨੇ ਇਸ ਤੋਂ ਇਲਾਵਾ ਐਸਐਸਟੀ ਦੇ ਲਈ ਜਿਹੜੀ ਆ ਪੋਲੀਟੀ ਅਤੇ ਜਿਹੜਾ ਆਪਣੇ ਕੋਲ ਹਿਸਟਰੀ ਹੈ ਉਹ ਵੀ ਕਵਰ ਹੋ ਚੁੱਕੀ ਹੈ ਠੀਕ ਹੈ ਜਿਹੜੀਆਂ ਕਲਾਸਿਸ ਕਰੋ ਪੰਜਾਬੀ ਮੋਸਟ ਇੰਪੋਰਟੈਂਟ ਜਿਹੜੀਆਂ ਕਵਰ ਕੀਤੀਆਂ ਜਿਸ ਦੇ ਵਿੱਚ ਆਪਾਂ ਨੇ ਪੰਜਾਬੀ ਕਲਚਰ ਪੰਜਾਬੀ ਸਾਹਿਤ ਪੰਜਾਬੀ ਭਾਸ਼ਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਵਰ ਕੀਤੀਆਂ ਨੇ ਠੀਕ ਹੈ ਸਾਰੀਆਂ ਕਲਾਸਿਸ ਦੇ ਜਿਹੜੇ ਲਿੰਕ ਨੇ ਉਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਜਰੂਰ ਤੁਸੀਂ ਉੱਥੇ ਜਿਹੜਾ ਚੈੱਕ ਆਊਟ ਕਰ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਤੋਂ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ 8829 ਚੈਨਲ ਵਿੱਚ ਸੰਬੰਧੀ ਜਦੋਂ ਹੀ ਕੋਈ ਹੋਰ ਨਵੀਂ ਆਫੀਸ਼ੀਅਲ ਅਪਡੇਟ ਆਵੇ ਤਾਂ ਕਿ ਜਿਹੜਾ ਨੋਟੀਫਿਕੇਸ਼ਨ ਹੈ ਵੀਡੀਓ ਦਾ ਉਹ ਜਰੂਰ ਜਿਹੜਾ ਟਾਈਮ ਸਿਰ ਪਹੁੰਚ ਸਕੇ ਇਸ ਦੇ ਨਾਲ ਹੀ ਜੇਕਰ ਤੁਸੀਂ ਟੈਲੀਗ੍ਰam ਗਰੁੱਪਲਾਂ ਨਹੀਂ ਜੁੜੇ ਹੈਗੇ ਤਾਂ ਜਰੂਰ ਜੁੜੋ ਲਿੰਕ ਤੁਹਾਨੂੰ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਉੱਥੇ ਵੀ ਆਪਾਂ ਹਰ ਪ੍ਰਕਾਰ ਦੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ ਆਈ ਹੋਪ ਇਹ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਵੀਡੀਓ ਦੇਖਣ ਲਈ